ਸੋ ਅੱਜ ਲਹਿਰਾ ਹਲਕੇ ਦੇ ਸਰਕਲ ਲਹਿਰਾ ਦੀ ਮੀਟਿੰਗ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਸਾਹਿਬ ਜੋ ਸਾਡੇ ਹਲਕਾ ਇੰਚਾਰਜ ਨੇ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਰਹਿਨੁਮਾਈ 'ਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਸੰਬੰਧ 'ਚ ਔਰ ਪਾਰਟੀ ਜਿਸ ਕਿਸੇ ਨੂੰ ਵੀ ਉਮੀਦਵਾਰ ਬਣਾ ਕੇ ਭੇਜਦੀ ਹੈ ਉਹਨਾਂ ਦੀ ਮਦਦ ਕਰਨ ਲਈ ਪਾਰਟੀ ਦੇ ਜੋ ਪ੍ਰੋਗਰਾਮ ਨੇ ਨੀਤੀਆਂ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਰਕਰਾਂ ਨੂੰ ਜਾਗਰੂਕ ਕਰਨ ਲਈ ਇਹ ਵਰਕਰ ਮਿਲਣੀ ਦੀ ਮੀਟਿੰਗ ਸੀ ਜੋ ਇੱਕ ਬਹੁਤ ਹੀ ਵੱਡੇ ਪੱਧਰ 'ਤੇ ਸਾਰੇ ਪਿੰਡਾਂ 'ਚੋਂ ਸੰਗਤ ਆਈ ਆ ਸ਼ਹਿਰ 'ਚੋਂ ਆਈ ਆ ਸੋ ਇਸ ਤੋਂ ਮਹਿਸੂਸ ਹੁੰਦਾ ਕਿ ਲੋਕ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕਾਰਜਾਂ ਨੂੰ ਮਹਿਸੂਸ ਕਰਨ ਲੱਗੇ ਨੇ ਔਰ ਬੜਾ ਉਤਸ਼ਾਹ ਆਗੂ ਔਰ ਵਰਕਰਾਂ 'ਚ ਦੇਖਣ ਨੂੰ ਮਿਲਿਆ ਔਰ ਆਉਣ ਵਾਲੇ ਸਮੇਂ 'ਚ ਦੁਬਾਰਾ ਲੋਕ ਇਹ ਮਹਿਸੂਸ ਕਰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਪੰਜਾਬ ਦਾ ਕੋਈ ਚਾਰਾ ਨਹੀਂ ਹੈ। ਇਹ ਤਿੰਨੋਂ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ ਔਰ BJP, ਇਹ ਤਿੰਨੋਂ ਪਾਰਟੀਆਂ ਦੀ ਜਿਹੜੀਆਂ ਨੀਤੀਆਂ ਨੇ ਉਹ ਪੰਜਾਬ ਦੇ ਵਿਰੋਧੀ ਨੇ, ਪੰਜਾਬ ਹਿਤੈਸ਼ੀ ਨਹੀਂ ਹਨ। ਔਰ ਜੇ ਪੰਜਾਬ ਦੀ ਹਿਤੈਸ਼ੀ ਕੋਈ ਪਾਰਟੀ ਹੈ ਤਾਂ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਇਸ ਭਾਵਨਾ ਨਾਲ ਲੋਕ ਦੁਬਾਰਾ ਉਤਸ਼ਾਹਿਤ ਹੋਏ ਨੇ। ਦੇਖੋ ਇਹ ਤਾਂ ਇਹ ਸਵਾਲ ਆ ਜਿਹੜਾ, ਇਹ ਤਾਂ ਪਾਰਟੀ ਪ੍ਰਧਾਨ ਸਾਹਿਬ ਜਾਂ ਤਾਂ ਉਹੀ ਸਹੀ ਜਵਾਬ ਦੇ ਸਕਦੇ ਨੇ। ਸੋ ਇਕੱਠੇ ਹੁੰਦੇ ਨੇ, ਏਕਤਾ ਹੁੰਦੀ ਹੈ, ਉਹਦਾ ਕੋਈ ਨੁਕਸਾਨ ਨਹੀਂ। ਪਰ ਸਾਡੇ ਆਗੂ ਔਰ ਵਰਕਰਾਂ ਦੀ ਕੀਮਤ 'ਤੇ ਕੋਈ ਆ ਜਿਹੜਾ ਉਹ ਨਹੀਂ ਹੋਊਗਾ। ਸਾਡੇ ਵਰਕਰਾਂ ਦਾ ਜੋ ਜਿਨ੍ਹਾਂ ਨੇ ਸਾਨੂੰ ਅੱਜ ਮਾੜੇ ਟਾਈਮ 'ਚ ਪਾਰਟੀ ਨਾਲ ਸਮਾਂ ਦਿੱਤਾ, ਪਾਰਟੀ ਲਈ ਦੁੱਖ ਸੁੱਖ ਹੰਢਾਇਆ, ਉਹਨਾਂ ਦਾ ਮਾਣ ਸਤਿਕਾਰ ਹਮੇਸ਼ਾ ਅਸੀਂ ਜ਼ਿੰਮੇਵਾਰੀ ਨਾਲ ਕਹਿੰਦੇ ਹਾਂ ਕਿ ਪਹਿਲ ਦੇ ਆਧਾਰ 'ਤੇ ਸਿਰ ਮੱਥੇ ਰਹੇਗਾ। ਕੁਛ ਅੱਜ ਆਪਣੇ ਲੌਂਗੋਵਾਲ ਸਾਹਿਬ ਦੀ ਸਿਫਾਰਿਸ਼ 'ਤੇ ਜਾਂ ਕੁਛ ਹੋਰ ਮੇਨ ਆਗੂ ਵਰਕਰ ਜਿਹੜੇ ਪਾਰਟੀ ਨੇ ਮੁਨਾਸਬ ਸਮਝੇ ਉਹਨਾਂ ਨੂੰ ਅੱਜ ਸਰਕਲ ਪ੍ਰਧਾਨ ਔਰ ਜ਼ਿਲ੍ਹੇ ਦੇ ਅਹੁਦੇ ਦਿੱਤੇ ਗਏ ਨੇ ਜ਼ਿਲ੍ਹਾ ਪ੍ਰਧਾਨ ਸਾਹਿਬ ਵੱਲੋਂ। ਸੋ ਉਹ ਸਾਰੀ ਪ੍ਰਕਿਰਿਆ ਪਾਰਟੀ ਦੀ ਚੱਲਦੀ ਰਹਿੰਦੀ ਹੈ। ਕੁਛ ਸੱਜਣ ਰਹਿ ਵੀ ਗਏ, ਉਹ ਵੀ ਉਹਨਾਂ ਨੂੰ ਬਾਅਦ ਵਿੱਚ ਅਸੀਂ ਅਹੁਦੇ ਨੇ ਜਿਹੜੇ ਉਹਨਾਂ ਨੂੰ ਵੀ ਦਿੱਤੇ ਜਾਣਗੇ ਤਾਂ ਕਿ ਉਤਸ਼ਾਹ ਨਾਲ ਵਰਕਰ ਨੇ ਜਿਹੜੇ ਉਹ ਕੰਮ ਕਰ ਸਕਣ। ਅੱਜ ਨਾ ਸਾਡੇ ਪਾਰਲੀਮੈਂਟ ਹਲਕਾ ਲੋਕ ਸਭਾ ਦੇ ਜੋ ਇੰਚਾਰਜ ਨੇ ਸਰਦਾਰ ਇਕਬਾਲ ਸਿੰਘ ਝੁੰਦਾ, ਉਹਨਾਂ ਦੀ ਅਗਵਾਈ ਹੇਠਾਂ ਸਾਰਾ ਜਿਹੜੇ ਮਤਲਬ ਵਿਧਾਨ ਸਭਾ ਹਲਕੇ ਨੇ ਮੀਟਿੰਗਾਂ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਲੋਕਾਂ ਨੂੰ ਲਾਭਬੰਦ ਕਰਨ ਲਈ। ਪਿਛਲੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ ਸੀ ਉਹਨਾਂ ਦੀਆਂ ਨੀਤੀਆਂ ਬਾਰੇ ਕਿਸ ਤਰ੍ਹਾਂ ਉਹਨੇ ਵਿਕਾਸ ਕਰਾਏ, ਪਿੰਡਾਂ ਦੀ ਡਿਵੈਲਪਮੈਂਟ ਕਰਾਈ, ਨੌਕਰੀਆਂ ਦਿੱਤੀਆਂ, ਉਹਦੇ ਮੱਦੇਨਜ਼ਰ ਰੱਖਦੇ ਹੋਏ ਜੋ ਅੱਜ ਮੌਜੂਦਾ ਸਰਕਾਰ ਹੈ ਪੰਜਾਬ ਦੀ ਭਗਵੰਤ ਮਾਨ ਦੀ, ਇਹਨੇ ਪੰਜਾਬ ਨੂੰ ਜਿੱਦਣ ਦੀ ਬਣੀਆਂ 22 ਮਹੀਨਿਆਂ ਦੇ ਵਿੱਚ 68,000 ਕਰੋੜ ਰੁਪਏ ਦਾ ਕਰਜ਼ਾ ਚੜ੍ਹਤਾ। ਔਰ ਜਿੰਨੀਆਂ ਵੀ ਇਹਨਾਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਮੰਗਾਂ ਮੰਨੀਆਂ ਸੀ, ਇੱਕ ਵੀ ਮੰਗ ਪੂਰੀ ਨਹੀਂ ਹੋਈ। ਨਾ ਮੁਲਾਜ਼ਮਾਂ ਨੂੰ ਕੱਚੇ ਤੋਂ ਪੱਕਾ ਕਰਿਆ, ਨਾ ਸਾਡੇ ਜੋ ਸਤਿਕਾਰਯੋਗ ਬੀਬੀਆਂ ਨੇ, ਨਾ 1,000 ਰੁਪਇਆ ਮਹੀਨਾ ਮਿਲਿਆ ਔਰ ਨਾ ਹੀ ਸ਼ਗਨ ਸਕੀਮ ਮਿਲੀ ਹੈ, ਨਾ ਹੀ ਸਾਡੇ ਜਿਹੜੇ ਕਿਸਾਨ ਭਰਾ ਨੇ ਜਿਨ੍ਹਾਂ ਦੇ ਪਿਛਲੇ ਸਾਲ ਨਰਮਾ ਵੀ ਮਰ ਗਿਆ ਸੀ, ਆ ਘੱਗਰ ਦਾ ਤੁਹਾਡਾ ਕਿੱਡਾ ਬੜਾ ਨੁਕਸਾਨ ਹੋਇਆ ਲਹਿਰੇ ਦੇ ਵਿੱਚ, 1 ਰੁਪਈਆ ਕਿਸੇ ਨੂੰ ਨਹੀਂ ਆਇਆ। ਜਦੋਂ ਕਿ ਵਾਅਦੇ ਐਡੇ ਵੱਡੇ ਕੀਤੇ ਉਹਨਾਂ ਨੇ ਕਿ ਅਸੀਂ ਇਸ ਤਰ੍ਹਾਂ ਕਰ ਦਾਂਗੇ, ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾ ਦਾਂਗੇ, ਬਿਲਕੁਲ ਸਾਰੇ ਵਾਅਦੇ ਝੂਠੇ ਗਏ। ਇੱਕ ਵੀ ਮੰਗ ਉਹਨਾਂ ਨੇ ਪੂਰੀ ਨਹੀਂ ਕਰੀ, ਨਾ ਪੰਜਾਬ ਦੇ ਵਿੱਚ ਰੁਜ਼ਗਾਰ ਮਿਲਿਆ। ਬਾਕੀ ਦੇਖੋ ਤੁਹਾਡੇ ਗਵਾਂਢ ਦੇ ਵਿੱਚ ਹੀ ਹੈ ਭੱਠਲ ਕਾਲਜ ਦੇਸ਼ ਭਗਤ ਬਾਬਾ ਹੀਰਾ ਸਿੰਘ ਜੀ ਨਾਂ 'ਤੇ, ਉਹਨਾਂ ਦੇ ਮੁਲਾਜ਼ਮ ਜਾਂ 100 ਮੁਲਾਜ਼ਮ ਹੈ, 42 ਕਰੋੜ ਰੁਪਈਆ ਉਹਨਾਂ ਦਾ ਸਰਕਾਰ ਨੇ ਦੇਣਾ ਜੋ ਤਨਖਾਹਾਂ ਦਾ ਬਣਦਾ, ਉਹ ਵੀ ਕਾਲਜ ਬੰਦ ਕਰ ਦਿੱਤਾ। 100 ਕਰਮਚਾਰੀ ਅੱਜ ਪਿਛਲੇ 18 ਸਾਲ ਤੋਂ ਕਾਲਜ ਚੱਲਦਾ ਰਿਹਾ। ਇਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੀ ਜਿਹਦਾ 300 ਕਰੋੜ ਰੁਪਏ ਦਾ ਬਜਟ ਸੀ, ਘਟਾ ਕੇ 150 ਕਰੋੜ ਰੁਪਇਆ ਕਰਤਾ। ਪੰਜਾਬ ਸਕੂਲ ਸਿੱਖਿਆ ਬੋਰਡ ਜਿਹਦੇ ਵਿੱਚ ਇੰਨੇ ਤਕੜੇ ਮੁਲਾਜ਼ਮ ਸੀ ਉਹ ਵੀ ਵਿਚਾਰੇ ਵਾਂਝੇ ਕਰਤੇ। ਸੋ ਕਹਿਣ ਤੋਂ ਭਾਵ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਵੀ ਮੰਗ ਪੂਰੀ ਨਹੀਂ ਕੀਤੀ। ਕੰਪਿਊਟਰ ਟੀਚਰ ਨੇ ਜੋ ਮੁਲਾਜ਼ਮ ਨੇ ਸਾਡੀਆਂ ਭੈਣਾਂ ਨੇ ਉਹਨਾਂ ਉੱਤੇ ਲਾਠੀ ਚਾਰਜ ਕਰਨਾ, ਉਹਨਾਂ ਦੀ ਗੁੱਤਾ ਪੱਟਣੀ ਆ, ਇਹ ਸਰਕਾਰ ਦੇ ਹਿੱਸੇ ਆਏ ਆ। ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਜਿਸ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਗ੍ਰਾਫ ਗਿਰਿਆ ਹੋਇਆ, ਪਿਛਲੇ ਵਾਰ ਵੀ ਰਿਪੋਰਟਾਂ ਦੇ ਵਿੱਚ ਕਾਫੀ ਗ੍ਰਾਫ ਗਿਰਿਆ ਸੀਗਾ, ਉਸ ਨੂੰ ਉੱਪਰ ਲੈ ਕੇ ਆਉਣ ਲਈ ਕਿਸ ਤਰ੍ਹਾਂ ਕਿਹਾ? ਸੰਗਰੂਰ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਕੋਈ ਗ੍ਰਾਫ ਕਿਤੇ ਨਹੀਂ ਕਰਿਆ, ਪੂਰਾ ਤਨਦੇਹੀ ਨਾਲ ਕੰਮ ਕਰਿਆ। ਅੱਜ ਦੀ ਜਿਹੜੀ ਮੀਟਿੰਗ ਹੈ ਇਸ ਗੱਲ ਦਾ ਸੰਕੇਤ ਦਿੰਦੀ ਆ ਕਿ ਸਾਡੇ ਜਿਹੜੇ ਵਰਕਰ ਸਾਹਿਬਾਨ ਨੇ
ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਨੇ ਔਰ ਉਹ ਵਰਕਰ ਆਏ ਨੇ ਜਿਹੜੇ ਕੋਈ ਪਿੰਡ ਦਾ ਸਾਬਕਾ ਸਰਪੰਚ ਰਿਹਾ, ਸਾਬਕਾ ਚੇਅਰਮੈਨ ਰਿਹਾ, ਸੰਮਤੀ ਦਾ ਚੇਅਰਮੈਨ ਰਿਹਾ, ਟਕਸਾਲੀ ਆਗੂ ਜਿਹਨੇ ਅੱਜ ਭਰਮੀ ਮੀਟਿੰਗ ਕਰਕੇ ਅਸੀਂ ਸਾਡੇ ਜੋ ਲਾਭਬੰਦ ਕੀਤਾ ਉਹਨਾਂ ਨੂੰ ਸਾਰੀ ਜ਼ਿਕਰ ਕੀਤਾ ਪਿਛਲਿਆਂ ਇਤਿਹਾਸ ਦੇ ਵਿੱਚ ਗੱਲਾਂ ਦਾ ਵੀ, ਸ਼੍ਰੋਮਣੀ ਅਕਾਲੀ ਦਲ ਜੋ ਨੀਤੀਆਂ ਨੇ ਸਰਕਾਰ ਦੀਆਂ ਨੇ, ਐਸੀ ਕੋਈ ਗੱਲ ਨਹੀਂ ਕਿ ਅਕਾਲੀ ਦਾ ਗ੍ਰਾਫ ਕਰਿਆ ਹੋਇਆ, ਦਿਨ ਪਰ ਦਿਨ ਸ਼੍ਰੋਮਣੀ ਅਕਾਲੀ ਦਲ ਲੋਕ ਯਾਦ ਕਰਦੇ ਨੇ ਪਿੰਡਾਂ ਦੇ ਵਿੱਚ ਵੀ, ਸੱਥਾਂ ਦੇ ਵਿੱਚ ਵੀ, ਸ਼ਹਿਰਾਂ ਦੇ ਵਿੱਚ ਵੀ, ਕਿ ਜੋ ਵਿਕਾਸ ਸ਼੍ਰੋਮਣੀ ਅਕਾਲੀ ਵਾਲੀ ਸਰਕਾਰ ਦੇ ਵਿੱਚ ਹੋਇਆ ਉਹ ਕਦੇ ਵੀ ਨਹੀਂ ਹੋਇਆ, ਭਾਵੇਂ ਕਿਸਾਨਾਂ ਦਾ, ਭਾਵੇਂ ਫੋਕਲ ਪੁਆਇੰਟ ਸਕੀਮਾਂ ਨੇ, ਸਾਰੀਆਂ ਸਕੀਮਾਂ ਪੰਜਾਬ ਦੇ ਵਿੱਚ ਜਦੋਂ ਵੀ ਸ਼੍ਰੋਮਣੀ ਅਕਾਲੀ ਸਰਕਾਰ ਬਣੀ ਹੈ ਉਦੋਂ ਹਮੇਸ਼ਾ ਲਾਗੂ ਹੋਈਆਂ। ਤੋ ਅੱਜ ਸਾਡੇ ਸਰਕਲ ਲਹਿਰੇ ਗਾਗੇ ਦੀ ਅਸੀਂ ਮੀਟਿੰਗਾਂ ਕੀਤੀਆਂ ਨੇ, ਇਹ ਤੋਂ ਬਾਅਦ ਮਕੋੜ ਸਾਹਿਬ ਜਿਹੜੀ ਹੈ ਸਾਡੀ ਖਨੌਰੀ ਏਰੀਆ ਜਿਹੜਾ ਸਰਕਲ ਦੀ ਮੀਟਿੰਗ ਹੋਣੀ ਆ। ਸੋ ਅੱਜ ਸਰਕਲ ਵਾਈਜ਼ ਮੀਟਿੰਗਾਂ ਦਾ ਜਿਹੜਾ ਸਾਡਾ ਪ੍ਰੋਗਰਾਮ ਚੱਲਿਆ, ਜੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੁਕਮ ਕੀਤਾ ਸੀ ਕਿ ਸਰਕਲ ਵਾਈਜ਼ ਮੀਟਿੰਗਾਂ ਕਰੋ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਹੈ ਜੋ ਲੋਕ ਸਭਾ ਆ ਰਹੀ ਹੈ ਉਹਦੀ ਤਿਆਰੀ ਸੰਬੰਧੀ ਅੱਜ ਸਾਰੀਆਂ ਸਾਡੇ ਵਰਕਰਜ਼ ਦੀ ਜਿਹੜੀ ਹੈ ਮੀਟਿੰਗ ਹੋਈ ਹੈ, ਕਿਉਂਕਿ ਹੁਣ ਅਸੀਂ ਆਪਣੀ ਅੱਜ ਤੋਂ ਤਿਆਰੀ ਜਿਹੜੀ ਹੈ ਆਰੰਭ ਕਰ ਦੇਣੀ ਹੈ ਜਿਹੜੀ ਪਾਰਲੀਮੈਂਟ ਆ ਰਹੀ ਹੈ ਅਗਲੇ ਵਾਸਤੇ। ਸੋ ਪਿੰਡ ਪਿੰਡ ਜਾ ਕੇ ਸਾਰੇ ਵਰਕਰਾਂ ਨੂੰ ਲਾਮਬੰਦ ਕਰਨਾ, ਔਰ ਇਹਦੇ ਨਾਲ ਨਾਲ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਜਥੇਬੰਦੀ ਹੈ, ਸਰਕਲ ਦੀਆਂ ਜਥੇਬੰਦੀਆਂ ਜਾਂ ਜ਼ਿਲ੍ਹੇ 'ਚ ਜਥੇਬੰਦੀਆਂ ਪਿੰਡ ਪੱਧਰੀਆਂ ਜਥੇਬੰਦੀਆਂ ਜਿਹੜੀਆਂ ਇਕਾਈਆਂ ਨੇ ਉਹ ਵੀ ਅੱਜ ਤੋਂ ਅਸੀਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਮਹੀਨੇ ਦੇ ਵਿੱਚ ਸਾਰੇ ਹਲਕਾ ਲਹਿਰੇ ਦੀਆਂ ਪਿੰਡ ਪਿੰਡ ਤੱਕ ਜਥੇਬੰਦੀਆਂ ਜਿਹੜੀਆਂ ਅਸੀਂ ਕਾਇਮ ਕਰ ਦੇਣੀਆਂ ਨੇ, ਕਿਉਂਕਿ ਇਹ ਹਲਕਾ ਜਿਹੜਾ ਲਹਿਰਾ ਹੈ ਪੰਥਕ ਹਲਕਾ ਹੈ ਔਰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜ੍ਹਾ ਹੈ। ਤੋ ਅੱਜ ਅਸੀਂ ਦੇਖ ਰਹੇ ਹਾਂ ਜਿਸ ਤਰ੍ਹਾਂ ਦਾ ਅੱਜ ਮਾਹੌਲ ਬਣਿਆ ਹੋਇਆ, ਔਰ ਜੋ ਆਮ ਆਦਮੀ ਪਾਰਟੀ ਸੀ ਜਿਹੜਾ ਬੜੇ ਚਾਵਾਂ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ, ਬਦਲਾਅ ਕਰਕੇ ਵੋਟਾਂ ਪਾਈਆਂ ਸੀਆਂ, ਔਰ ਇੰਨੇ ਜਲਦੀ ਜਿਹੜੀ ਸੀ ਅੱਜ ਲੋਕਾਂ ਦਾ ਮੋਹ ਜਿਹੜਾ ਹੈ ਆਮ ਆਦਮੀ ਤੋਂ ਭੰਗ ਹੋ ਗਿਆ, ਕਿਉਂਕਿ ਉਹਨਾਂ ਨੇ ਕੋਈ ਵੀ ਕੰਮ ਨਹੀਂ ਕੀਤਾ। ਤੁਸੀਂ ਆਪਣਾ ਹੀ ਦੇਖ ਲਓ, ਲਹਿਰੇ ਦੇ ਵਿੱਚ ਜਿਹੜਾ ਇੱਥੇ ਇੰਜੀਨੀਅਰ ਕਾਲਜ ਹੈਗਾ ਬਾਬਾ ਹੀਰਾ ਸਿੰਘ ਜੀ ਔਰ ਜਿਹੜੇ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਹੈ, ਦੇਸ਼ ਭਗਤ ਹੋਏ ਨੇ, ਉਹਨਾਂ ਦੇ ਨਾਂ 'ਤੇ ਚੱਲਦਾ, ਅੱਜ ਉੱਥੇ ਵੀ ਸਾਰੇ ਮੁਲਾਜ਼ਮ ਜਿਹੜੇ ਨੇ ਉਹ ਉੱਥੋਂ ਕੱਢ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਸਰਕਾਰ ਨੇ, ਔਰ ਉਹ ਆਪਣੇ ਨੌਕਰੀਆਂ ਦੇ ਲਈ, ਆਪਣੇ ਪਰਿਵਾਰ ਦੇ ਪਾਲਣ ਲਈ ਸੰਘਰਸ਼ ਕਰ ਰਹੇ ਨੇ। ਹਮੇਸ਼ਾ ਅਸੀਂ ਉਹਨਾਂ ਦੇ ਨਾਲ ਖੜੀ ਹੈ ਸ਼੍ਰੋਮਣੀ ਅਕਾਲੀ ਦਲ। ਸੋ ਜਦੋਂ ਵੀ ਸਾਡੀ ਸਰਕਾਰ ਆਈ ਹਮੇਸ਼ਾ ਇਹਨਾਂ ਪਰਿਵਾਰਾਂ ਦੀ ਵੀ ਜਿਹੜੀ ਹੈ ਸੁਣੀ ਜਾਵੇਗੀ, ਔਰ ਇਹ ਜਿਹੜਾ ਇਹ ਦੇਸ਼ ਭਗਤ ਕਾਲਜ ਹੈਗਾ ਇਹਨੂੰ ਵੀ ਹੋਰ ਵੱਡਾ ਪੱਧਰ 'ਤੇ ਆਉਣ ਦੇ ਬਾਅਦ ਜਦੋਂ ਸਾਡੀ ਸਰਕਾਰ ਵੱਲੋਂ ਵੀ ਬਣਾਵਾਂਗੇ। 1 ਫਰਵਰੀ ਤੋਂ ਜਿਹੜੀ ਯਾਤਰਾ ਚਲਾਈ ਜਾ ਰਹੀ ਹੈ ਉਸ ਲਈ ਕਿਸ ਤਰ੍ਹਾਂ ਕਹਿ ਰਹੇ ਤੁਸੀਂ ਜਾਣਾ ਵੀ ਹੈ, ਅਜਲਾਸ ਵੀ ਬੁਲਾਇਆ ਗਿਆ ਅਕਾਲ ਤਖ਼ਤ? ਬਿਲਕੁਲ, ਅਸੀਂ 1 ਤਰੀਕ ਨੂੰ ਸਾਡਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ 'ਤੇ ਉੱਥੇ ਅਜਲਾਸ ਵੀ ਬੁਲਾਇਆ, 1 ਤਰੀਕ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਉੱਥੋਂ ਆਪਣੀ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਉਹ ਆਰੰਭ ਕਰਨੀ ਹੈ। ਉਹ ਹਰ ਹਲਕੇ ਦੇ ਵਿੱਚ ਆਉਣਗੇ, ਤਕਰੀਬਨ 2 ਹਲਕੇ ਰੋਜ਼ ਉਹਨਾਂ ਨੇ ਆਪਣੀ ਪਦ ਯਾਤਰਾ ਕਰਕੇ ਕੱਢਣੇ ਨੇ। ਸੋ 1 ਦਿਨ ਲਹਿਰੇ ਗੱਲ ਹਲਕੇ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਆਉਣਾ, ਅਤੇ ਉਹਨਾਂ ਦੇ ਸਵਾਗਤ ਲਈ ਉਹਨਾਂ ਦੇ ਸਾਰੇ ਪ੍ਰਬੰਧਾਂ ਲਈ ਵੀ ਸਾਰੀ ਅੱਜ ਜਿਹੜੀ ਹੈ ਸਾਰੇ ਵਰਕਰਾਂ ਨੇ ਔਰ ਇੱਥੇ ਮੀਟਿੰਗ ਕੀਤੀ ਹੈ। ਬਹੁਤ ਵੱਡਾ ਉਤਸ਼ਾਹ ਜਿਹੜਾ ਵਰਕਰਾਂ ਦੇ ਵਿੱਚ ਪਾਇਆ ਜਾ ਰਿਹਾ। ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਪਾਰਲੀਮੈਂਟ ਦੇ ਵਿੱਚ ਜਿਹੜੇ ਸਾਡੇ ਰਿਜ਼ਲਟ ਆਉਣਗੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਜਿਹੜੇ ਹੈ ਲੋਕਾਂ ਨੇ ਵੋਟਾਂ ਪਾ ਕੇ ਜਿਤਾਉਣਾ ਹੈ।